ਲੋਪੇਸ਼ ਨੇ ਖਬਰਾਂ ਵਿਸਥਾਰ ਦੇ ਨਾਲ ਪੰਜਾਬ ਉਦਯੋਗ ਅਤੇ ਵਪਾਰ ਮੰਡਲ ਵੱਲੋਂ ਇੰਡਸਟਰੀ ਦੀਆਂ ਮੁਸ਼ਕਲਾਂ ਦੇ ਹੱਲ ਲਈ ਜਾਗਰੂਕਤਾ ਸੈਮੀਨਾਰ 21 ਅਪ੍ਰੈਲ ਨੂੰ ਪੰਜਾਬ ਉਦਯੋਗ ਅਤੇ ਵਪਾਰ ਮੰਡਲ ਦੀ ਇੱਕ ਵਿਸ਼ੇਸ਼ ਮੀਟਿੰਗ ਮੰਡਲ ਦੇ ਪ੍ਰਧਾਨ ਅਤੇ ਸਾਬਕਾ ਮੰਤਰੀ ਪੰਜਾਬ ਮਲਕੀਤ ਸਿੰਘ ਬੀਰਮੀ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਫੈਸਲਾ ਲਿਆ ਗਿਆ ਕਿ ਆਗਾਮੀ 21 ਅਪ੍ਰੈਲ ਨੂੰ MSME ਆਡੀਟੋਰੀਅਮ ਵਿੱਚ ਇੰਡਸਟਰੀ ਦੀਆਂ ਮੁਸ਼ਕਲਾਂ ਦੇ ਹੱਲ ਸੰਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ MSME NSIC ਅਤੇ ਪੰਜਾਬ ਇੰਡਸਟਰੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਕਾਰੋਬਾਰੀਆਂ ਨੂੰ ਸਰਕਾਰੀ ਸਕੀਮਾਂ ਅਤੇ ਮੁਸ਼ਕਲਾਂ ਦੇ ਹੱਲ ਸੰਬੰਧੀ ਜਾਣਕਾਰੀ ਦਿੱਤੀ ਜਾਵੇਗੀ। ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਮਲਕੀਤ ਸਿੰਘ ਬੀਰਮੀ ਅਤੇ ਮੰਡਲ ਦੇ ਜਨਰਲ ਸਕੱਤਰ ਕਿਰਪਾਲ ਸਿੰਘ ਸਾਗਰ ਨੇ ਦੱਸਿਆ ਕਿ ਇਸ ਜਾਗਰੂਕਤਾ ਸੈਮੀਨਾਰ ਵਿੱਚ ਪੰਜਾਬ ਭਰ ਤੋਂ ਕਾਰੋਬਾਰੀ ਹਿੱਸਾ ਲੈਣਗੇ। ਉਹਨਾਂ ਕਿਹਾ ਹੈ ਕਿ ਪੰਜਾਬ ਵਿੱਚ ਕਈ ਤਰ੍ਹਾਂ ਦੇ ਉਦਯੋਗ ਹਨ ਅਤੇ ਉਹਨਾਂ ਨਾਲ ਜੁੜੀਆਂ ਮੁਸ਼ਕਲਾਂ ਵੀ ਕਈ ਤਰ੍ਹਾਂ ਦੀਆਂ ਹਨ, ਜਿਨ੍ਹਾਂ ਦੇ ਹੱਲ ਵੀ ਵੱਖ-ਵੱਖ ਹਨ, ਅਤੇ ਇਸੇ ਬਾਰੇ ਜਾਣਕਾਰੀ ਦੇਣ ਦੇ ਲਈ ਇਸ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ। ਅੱਜ ਹੀ ਸਾਡੀ ਭਾਰਤੀ ਉਦਯੋਗ ਵਪਾਰ ਮੰਡਲ ਜਿਹਦਾ ਮੈਂ ਪ੍ਰੈਜ਼ੀਡੈਂਟ ਹਾਂ ਪੰਜਾਬ ਸਟੇਟ ਦਾ, ਉਹਦੀ ਸਾਡੀ ਐਗਜ਼ੈਕਟਿਵ ਦੀ ਮੀਟਿੰਗ ਹੋਈ ਹੈ। ਇਹਦੇ ਵਿੱਚ ਅੱਜ ਅਸੀਂ ਡਿਸੀਜਨ ਲਿਆ ਕਿ ਜਿਹੜੀਆਂ ਵੀ ਸਾਡੀ ਇੰਡਸਟਰੀ ਨੂੰ ਕੋਈ ਮੁਸ਼ਕਲਾਂ ਆਉਂਦੀਆਂ ਨੇ, ਪਿੱਛੇ ਕੋਵਿਡ ਕਰਕੇ ਵੀ ਬੜਾ ਭਾਰਾ ਨੁਕਸਾਨ ਹੋ ਸੀ ਇੰਡਸਟਰੀ ਦਾ, ਉਹ ਸਾਰੀਆਂ ਮੱਦਾਂ ਨੂੰ ਧਿਆਨ ਰੱਖਦੇ ਹੋਏ ਅਸੀਂ ਇੱਕ ਪੂਰੇ ਪੰਜਾਬ ਲੈਵਲ ਦੀ ਮੀਟਿੰਗ 21 ਤਰੀਕ ਨੂੰ ਕਾਲ ਕੀਤੀ ਹੈ ਇੱਥੇ ਲੁਧਿਆਣਾ ਦੇ ਵਿੱਚ, ਜਿਹਦੇ ਵਿੱਚ ਸਾਡਾ ਕੋਈ 150 ਮੈਂਬਰ ਪੂਰੇ ਪੰਜਾਬ ਤੋਂ ਆਉਣਗੇ ਔਰ ਉਸ ਦਿਨ ਅਸੀਂ ਸਾਰੀ ਬੈਠ ਕੇ ਡਿਸਕਸ ਕਰਾਂਗੇ ਕਿ ਫਰਦਰ ਕਿਸ ਤਰ੍ਹਾਂ ਲੈ ਕੇ ਆਉਣਾ, ਕਿਹੜੀ ਕਿਹੜੀ ਪ੍ਰੋਬਲਮ ਇੰਡਸਟਰੀ ਨੂੰ ਆ ਰਹੀ ਹੈ। ਛੋਟੀ ਇੰਡਸਟਰੀ ਸਾਡੀ ਜਿਹੜੀ ਹੈਗੀ ਆ, ਬਹੁਤ ਨੁਕਸਾਨ ਹੋਇਆ ਪਿਛਲੀਆਂ ਸਾਲਾਂ ਦੇ ਵਿੱਚ ਸਾਡੀ ਇਸ ਇੰਡਸਟਰੀ ਦਾ, ਕਿਉਂਕਿ ਮੈਂ ਕੋਈ ਝਿਜਕ ਨਹੀਂ ਕਰਦਾ ਕਹਿਣਾ ਕਿ ਸਾਨੂੰ ਸੈਂਟਰ ਗੌਰਮੈਂਟ ਦੀ ਸਪੋਰਟ ਬਹੁਤ ਚਾਹੀਦੀ ਹੁੰਦੀ ਹੈ, ਪਰ ਜਿਸ ਤਰੀਕੇ ਨਾਲ ਸੈਂਟਰ ਗੌਰਮੈਂਟ ਦੇ ਸਾਨੂੰ ਵਿਸ਼ਵਾਸ ਹੋਇਆ ਸੀ 2014 ਦੇ ਵਿੱਚ, ਅਤੇ ਜੋ ਸਾਡੇ ਪ੍ਰਧਾਨ ਮੰਤਰੀ ਨੇ ਇੰਡਸਟਰੀ ਵਾਸਤੇ ਜਾਂ ਹੋਰ ਵਾਅਦੇ ਕੀਤੇ ਸੀ, ਉੱਥੇ ਤੱਕ ਉਹ ਸਰਕਾਰ ਅਜੇ ਪਹੁੰਚ ਨਹੀਂ ਪਾਈ। ਅੱਜ ਪਿਛਲੇ ਮੈਂ ਦੇਖ ਰਿਹਾ 8-9 ਸਾਲ ਦੇ ਵਿੱਚ ਸਾਡਾ ਜਿਹੜਾ ਸਟੀਲ ਸੀ ਉਹਦੇ ਪ੍ਰਾਈਸ ਡਬਲ ਹੋ ਗਏ, ਅਨਇੰਪਲੋਇਮੈਂਟ ਸਾਡਾ ਬਹੁਤ ਵੱਧ ਗਿਆ, ਔਰ ਜਿਹੜੀ ਸਾਡੀ ਐਕਸਪੋਰਟ ਸੀ ਉਹ ਡਾਊਨ ਹੋਈ ਘੱਟ ਗਈ ਹੈ, FDI ਸਾਡੇ ਆ ਨਹੀਂ ਰਹੀ ਇੱਥੇ। ਇਸ ਕਰਕੇ ਸਾਨੂੰ ਜਿਹਦਾ ਸਾਡੇ ਕੋਲ ਬੜੀ ਲਾਰਜ ਇੰਡਸਟਰੀ ਨਹੀਂ ਆਉਂਦੀ ਸਟੇਟ ਦੇ ਵਿੱਚ, ਅਤੇ ਜਿਹੜੀਆਂ ਸਾਡੀਆਂ ਛੋਟੀਆਂ ਇੰਡਸਟਰੀਆਂ ਉਹਨਾਂ ਦਾ ਨੁਕਸਾਨ ਹੁੰਦਾ, ਉਹ ਰੁੜ ਜਾਂਦੀਆਂ ਨੇ, ਕਿਉਂਕਿ ਅਸੀਂ ਉਹਨਾਂ ਦੇ ਨਾਲ ਮਿਲ ਕੇ ਕੰਮ ਕਰਨਾ ਹੁੰਦਾ। ਇਸ ਵਾਸਤੇ ਹੁਣ ਅਸੀਂ ਦੁਆਰਾ ਆਪਣਾ ਕੀ ਅਸੀਂ ਇਹ 'ਚ ਐਕਸ਼ਨ ਲੈਣ ਦੀ ਲੋੜ ਹੈਗੀ ਹੈ, ਅਤੇ 21 ਤਰੀਕ ਨੂੰ ਸਾਡੇ ਸਾਰੇ ਪੰਜਾਬ ਦੇ ਨੁਮਾਇੰਦੇ ਜਿਹੜੇ ਆਉਣਗੇ ਉਹਨਾਂ ਨਾਲ ਬੈਠਕ ਡਿਸਕਸ ਕਰਕੇ ਫਿਰ ਅਸੀਂ ਟਾਈਮ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕੋਲੋਂ ਵੀ ਅਤੇ ਜਿਹੜੇ ਸਾਡੇ ਇੰਡਸਟਰੀਅਲ ਮਿਨਿਸਟਰ ਹੈਗੇ ਆ ਉਹਨਾਂ ਕੋਲੋਂ ਵੀ ਟਾਈਮ ਲੈ ਕੇ, ਅਤੇ ਫਿਰ ਅਸੀਂ ਇੱਕ ਟਾਈਮ ਪੂਰੀ ਆਪਣੀ ਕਮੇਟੀ ਵਾਸਤੇ ਪ੍ਰਾਈਮ ਮਿਨਿਸਟਰ ਸ਼੍ਰੀ ਮਾਨਯੋਗ ਨਰਿੰਦਰ ਮੋਦੀ ਜੀ ਕੋਲ ਲਵਾਂਗੇ,